ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵਧੀਆ ਫਾਰਮ ਯੂਟਿਊਬ ਚੈਨਲ 'ਚ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ, ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ, ਪਿੰਡ ਡਾਲਾ ਚੱਕ, ਤਹਿਸੀਲ ਬਟਾਲਾ ਅਤੇ ਜ਼ਿਲ੍ਹਾ ਗੁਰਦਾਸਪੁਰ, ਪਲਵਿੰਦਰ ਸਿੰਘ ਬਾਜਵਾ ਉਹਨਾਂ ਕੋਲ ਆਪਾਂ ਆਏ ਹਾਂ। ਅਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 ਵੈੜਾਂ ਤੁਹਾਨੂੰ ਵਿਖਾਉਣੀਆਂ, ਜਿਨ੍ਹਾਂ ਦੇ ਵਿੱਚ 3 ਗੱਬਣਾ ਅਤੇ 1 ਸੂਈ ਦਿਖਾਵਾਂਗੇ। ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀਰ ਜੀ ਉਹਨਾਂ ਨਾਲ ਅਤੇ ਪੁੱਛਦੇ ਹਾਂ ਸਾਰੀ ਡਿਟੇਲ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਹਾਬ ਜੀ, ਕੀ ਹਾਲ ਜੇ? ਵਧੀਆ ਵਧੀਆ, ਤੁਸੀਂ ਦੱਸੋ, ਸਭ ਕਾਇਮ ਜੇ? ਪਾਈ ਜਾਂਦੇ ਫਿਰ ਬੂੰਦਾ ਬੰਦੀ, ਬੂੰਦਾ ਪਾਉਂਦੀ ਹੁਣ ਤੁਹਾਨੂੰ ਪਤਾ, ਫਿਰ ਹੋਣੀ ਆ ਮੌਸਮ ਵੀ ਤੁਹਾਨੂੰ ਪਤਾ, ਫਿਰ ਸਾਫ਼ ਕੀਤੀ ਹੁਣ ਬੂੰਦਾ ਬੰਦੀ ਸ਼ੁਰੂ ਕਰ, ਫੇਰ ਹੀ ਸਾਫ਼ ਹੋਣਾ। 2 ਕੁ ਦਿਨ ਤੋਂ ਪੱਲ ਗਈਆਂ, ਫਿਰ ਉਹੋ ਜਿਹਾ ਹੀ ਹੋ ਗਿਆ, ਨਹੀਂ ਹੋਏ ਨਾ ਸਾਫ਼ ਪਰ ਹੁਣ ਕਿ ਨਹੀਂ ਜ਼ਰੂਰੀ ਆ। ਹਾਂਜੀ ਹਾਂਜੀ, ਇਹ ਵੀ ਚੀਜ਼ ਜਿਹੜੀ ਹੈ ਨਾ ਵੀ ਜ਼ਰੂਰੀ ਹੈ, ਪੈਣਗੀਆਂ ਥੋੜਾ ਸਾਫ਼ ਸੁਥਰਾ, ਨਾਲੇ ਪੱਠੇ ਪੁੱਠੇ ਤੁਰਨਗੇ ਮਾਸਾ, ਪੱਠੇ ਤੁਰਪਣਗੇ। ਹਾਂਜੀ ਹਾਂਜੀ, ਸੁਣਾਓ ਸਿਹਤਾਂ? ਸਭ ਠੀਕ ਠਾਕ ਆ, ਅੱਜ ਲਾਤੀਆਂ ਰੌਣਕਾਂ ਚਿੱਟੀਆਂ ਚਿੱਟੀਆਂ, ਹਿਲ ਰੌਣਕਾਂ ਲੱਗੀਆਂ ਰਹਿੰਦੀਆਂ, ਤਾਂ ਉਹ ਤਾਂ ਤੁਸੀਂ ਆਉਂਦੇ ਨਹੀਂ, ਕੀ ਕਰੀਏ। ਠੀਕ ਆ ਠੀਕ ਠੀਕ ਆ, ਚਲੋ ਨਾਮ ਦੱਸ ਦੇ ਕਰੀਏ ਆਪਾਂ। ਜੀ ਮੇਰਾ ਪਰਵਿੰਦਰ ਸਿੰਘ ਬਾਜਵਾ, ਹਾਂਜੀ, ਪਿੰਡ ਡਾਲਾ ਚੱਕ, ਤਹਿਸੀਲ ਬਟਾਲਾ, ਜ਼ਿਲ੍ਹਾ ਗੁਰਦਾਸਪੁਰ। ਅਤੇ ਫੋਨ ਨੰਬਰ ਬੋਲਦੇ ਇੱਕ, ਨੰਬਰ ਵੀਰ ਜੀ 98762806। ਠੀਕ ਆ, ਅੱਜ 1 ਸੂਈ ਅਤੇ 3 ਗੱਬਣਾ ਨਾ? ਹਾਂਜੀ 1 ਸੂਈ ਅਤੇ 3 ਗੱਬਣਾ ਜੀ, 1 ਸੂਈ ਚੱਲ ਗਈ ਹੈ ਸਵੇਰੇ। ਅੱਛਾ ਹਾਂਜੀ, 2 ਸੂਈਆਂ ਸੀ ਪਹਿਲਾਂ, ਫਿਰ ਸੂਈ ਵਿਖਾ ਦਈਏ ਜਿਹੜੀ ਮਰਜ਼ੀ ਵਿਖਾ, ਅੱਜ ਚੰਗੇ ਦੁੱਧ ਵਾਲੀਆਂ ਹੀ ਆ ਸਾਰੀਆਂ, ਹਨਾ ਦੁੱਧ ਵਾਲੀਆਂ ਸਾਰੀਆਂ ਵਾਲਾ। ਅਤੇ ਸ਼ੁਰੂਆਤ ਆਪਾਂ ਸਭ ਤੋਂ ਪਹਿਲਾਂ ਇੱਦਾਂ ਹੀ ਕਰਨੀ, ਥਣ ਦੇਖ ਸਕਦੇ ਹੋ, ਦੇਖ ਜੀ ਲਾਗੇ ਤੋਂ ਇੱਕੋ ਜਿਹੇ ਗੈਪ ਅਤੇ ਇੱਕੋ ਜਿਹੇ ਥਣ ਹੈ, ਬਾਕੀ ਮਿਲਕ ਮੇਨ ਕਾਫੀ ਮੋਟੀ ਲੱਗੀ ਆਪਾਂ ਦੇਖ ਸਕਦੇ ਹਾਂ। ਅਤੇ ਆਹ ਜਿਹੜਾ ਇਹਦਾ ਬੱਚਾ, ਬੱਚਾ ਬੱਚਾ ਕਿ ਬੱਚੀ ਜੀ? ਬੱਚਾ ਜੀ, ਨਾਲੋ ਗਿੱਲਾ ਜੀ। ਹਾਂ ਦੇਖ ਸਕਦੇ ਨਾਲ ਨਾਲ। ਕਿੰਨਾ ਚਿਰ ਹੋਇਆ ਸੂਈ ਨੂੰ? ਕੱਲ੍ਹ ਸਵੇਰ ਦੀ ਸੂਈ ਜੀ। ਅਤੇ ਬੋਲਾ ਕਿੰਨਾ ਕੁ ਜੇ? ਬੋਲਾ ਹੁਣ ਅਜੇ ਥੱਲੇ ਕੋਈ 15-16 ਕਿਲੋ। ਅੱਛਾ, 15-16 ਕਿਲੋ ਬੋਲਾ ਤਿਆਰ ਜੀ। ਕਿੰਨਾ ਕੁ ਚਵਾਈ ਜਾਊਗੀ? ਦੁੱਧ 27-28 ਲੀਟਰ ਭਰਿਆ ਜੀ ਬੈਠ ਨੇ। ਅੱਛਾ ਹਾਂਜੀ, ਵੱਡੇ ਦੁੱਧ ਵਾਲੀ ਹੈ। ਠੀਕ ਹੈ, ਬਾਕੀ ਦੇਖਣੀ ਡਈ ਭਾਂਡਾ ਵੱਡਾ ਵਾ, ਬਾਕੀ ਬੋਡੀ ਸਟਰਕਚਰ ਜਿਹੜਾ ਚੰਗਾ, ਬੇਲ ਵੀ ਚੰਗੀ ਆ। ਹਾਂਜੀ ਹਾਂਜੀ, ਤੇ ਬੋਡੀ ਵੇਟ ਵੀ ਚੰਗਾ ਵਾ, ਸੋਹਣਾ ਸੋਹਣਾ ਸਭ ਕੁਝ ਸੋਹਣਾ। ਠੀਕ ਹੈ, ਅਸਲ ਜਿਆਦਾ ਵੀ ਚੰਗੀ ਆ, ਤੇ ਭਾਂਡਾ ਵੱਡਾ ਵਾ, ਥਣ ਥਣ ਸੋਹਣਾ ਲੱਗਾ ਬੈਠ ਨੂੰ। ਤੇ ਮੌਕੇ ਤੇ ਹੁਣ ਕਿੰਨਾ ਜੇ ਬੋਲਾ? ਇਸ ਟਾਈਮ ਤੇ 15-16 ਲੀਟਰ ਤਿਆਰ ਜੇ ਬੋਲਾ। ਠੀਕ ਹੈ, ਦੂਸਰੀ ਅੱਜ ਸਵੇਰੇ ਸਾਫ਼ ਕਰਤੀ ਜੀ 8 ਵਜੇ। ਅੱਛਾ, ਸਵੇਰੇ ਸਾਫ਼ ਹੋ ਗਈ, ਸਵੇਰੇ 8 ਵਜੇ ਸਾਫ਼ ਕਰਤੀ ਜੀ। ਠੀਕ ਹੈ, ਤੇ ਹੁਣ ਦੁਬਾਰਾ ਟਾਈਮ ਵੇਖ ਲਓ, ਟਾਈਮ ਤੁਹਾਡਾ ਰੱਖਣਾ, ਟਾਈਮ ਆਪਣਾ ਕੋਈ 2:30 ਦੇ ਲਾਗੇ ਬੰਨੇ ਦਾ ਹੋ ਗਿਆ ਹੋਣਾ, ਟਾਈਮ ਹੋਣਾ ਵਾ। ਹਾਂ, 2:40 ਹੋਏ, 40 ਮਿੰਟ ਹੋ ਗਏ। ਹਾਂਜੀ, ਲਿਆ ਫਿਰ ਤੋਰ ਦਈਏ ਇਹਨੂੰ। ਖੋਲ ਪੁੱਤ, ਤੋਰ ਦੋ ਜੀ। ਬਾਕੀ ਥੱਲੇ ਹੁਣ ਦੇਖ ਸਕਦੇ ਜੀ, 27-28 ਦੇ ਲਾਗੇ ਬੰਨੇ ਦੁੱਧ ਜਿਹੜਾ ਕਹਿੰਦੇ ਕਿ ਚੁਕਾਈ ਜਾਊਗੀ, ਬਾਕੀ ਤੁਸੀਂ ਆਪਣੀ ਸਮਝ ਨਾ ਖੜਨੀ, ਲੈ ਆਓ ਜੀ। ਹੈਗੀ ਕਰੋਸ ਪੰਚ ਆ, ਫੈਟ ਇਹਦੀ ਚੰਗੀ ਆਈ ਜਾਊਗੀ। ਲੈ ਆਓ ਬੱਗੀ ਸ਼ਾਹ ਜੀ, ਤੇ ਬਿਲਕੁਲ ਵੱਡੇ ਦੁੱਧ ਦੀ ਮਾਲਕ ਹੈ ਬੈਣ। ਹਾਂਜੀ, ਤੇ ਥਣ ਭਾਂਡਾ ਸੋਹਣਾ ਵਾ। ਠੀਕ ਆ, ਥਣ ਬਹੁਤ ਸੋਹਣਾ, ਚਵਾਈ ਚੁਈ ਦੀ ਬਹੁਤ ਔਖੀ ਆ ਤਾਂ। ਤੇ ਮੁੱਲ? ਤੇ ਮੁੱਲ ਤੁਹਾਡਾ ਹੀ ਹੋਣਾ, ਜਿੰਨਾ ਮਰਜ਼ੀ ਕਰ ਦਿਓ। ਜਾਇਜ਼ਾ ਕਰ ਦਈਏ, ਜਿਹੜੇ ਜਾਵੇ ਹਰ ਵਾਰ ਦੀ ਤਰ੍ਹਾਂ ਕਰਦੇ ਹੋ, ਹਰ ਕੀ ਵੀ ਜਾਇਜ਼ਾ ਹੀ ਨਹੀਂ, ਮੁੱਲ ਤਾਂ ਜਾਇਜ਼ ਹੀ ਹੁੰਦੇ, ਤੁਹਾਨੂੰ ਪਤਾ ਹੀ ਤੁਹਾਨੂੰ ਪਿਛਲੀ ਵਾਰੀ ਉਦੋਂ ਵੇਗਾ ਸੀ ਮਾਲ ਫਿਰ। ਹਾਂ ਹਾਂ, ਮਾਲ ਉਸੇ ਵੇਲੇ, ਮਾਲ ਤਾਂ ਨਾਲ ਨਾਲ ਨਿਕਲ ਜਾਂਦਾ, ਤੁਹਾਡੇ ਸਿਆਣੇ ਹੀ ਹੁੰਦੀ ਹੈ, ਮਾਲ ਤੇ ਸਗੋਂ ਪੂਰਾ ਨਹੀਂ ਹੁੰਦਾ। ਠੀਕ ਆ, ਹਾਂਜੀ, ਆ ਡਿਮਾਂਡ ਜ਼ਿਆਦੀ ਆ। ਤੇ ਅੱਜ ਵੀ ਭਰਾ ਤੋਏ ਨੇ ਮਲਸੀਆਂ ਤੋਂ। ਹਾਂਜੀ ਹਾਂਜੀ, ਉਹ ਵੀ ਕਹਿਣ ਡੇ ਵੀ ਉਹ ਬੇੜਾ ਦੋ ਜੋੜਾ ਪਾਉਣਾ ਹੈ ਉਹਨਾਂ ਨੇ। ਠੀਕ ਆ, ਜਿਹੜਾ ਮਰਜ਼ੀ ਅੱਗੇ ਗਈਆਂ ਉਹਨਾਂ ਦੇ ਘਰ 'ਚ। ਠੀਕ ਆ, ਤੇ ਹਰ ਵਾਰੀ ਖੜਦੇ ਨੇ, ਹਰ ਸੀਜ਼ਨ 'ਤੇ ਉਹਨਾਂ ਨੇ ਮਾਲ ਖੜਨਾ ਹੁੰਦਾ। ਠੀਕ ਆ, ਤੇ ਵੱਡੇ ਦੁੱਧ ਵਾਲੀਆਂ ਚਾਹੀਦੀਆਂ ਹੁੰਦੀਆਂ ਉਹਨਾਂ ਨੂੰ। ਤੇ ਇਹ ਵੀ ਫਿਰ ਕਰਦੀ ਹੈ ਜਾਇਜ਼ ਜੀ? ਇਹ ਵੀਰ ਜੀ ਮੁੱਲ ਵਸ਼ੀ ਤਾਂ 65,000 ਹੈ। 65,000
60,000 ਦੀ ਦੇ ਦੋ ਜੀ, ਛੋੜ ਛੱਡ ਮੌਕੇ ਤੇ ਹੋਰ ਕਰ ਦਿਓ, 2000 ਹੋਰ ਛੱਡ ਦਾਂਗੇ, 60,000 ਦੀ ਵਿਛੀ ਦੇ ਦੇ, 60,000 ਦੀ ਹੋ ਜੂਗੀ, ਉੱਚ ਛੋੜ ਚਾ ਪਾਊਗਾ, ਠੀਕ ਹੈ ਜੀ। ਤੇ ਬਾਕੀ ਹੁਣ ਜਿਹੜੀ ਇਹਦਾ ਕਿੰਨਵਾਂ ਸੂਆ ਜੀ? ਇਹਦਾ ਵੀਰ ਜੀ ਸੂਆ ਦੂਸਰਾ, ਦੂਸਰਾ ਸੂਆ, ਥੋੜੀ ਜਿਹੀ ਲੱਤ ਛਾਂ ਕਰਾਇਆ ਇਹਦੀ ਪਿੱਛੇ ਦਾ, ਹਾਂ ਦੇਖਾਂ ਜੀ, ਬਹੁਤ ਸੋਹਣੀ ਦੱਦੀ ਸਿੱਧੀ 6000 ਦੀ ਪਿਓਰ ਹੈ ਜੀ। ਤੇ ਇਹ ਕਿੰਨੇ ਕੁ ਦੁੱਧ ਵਾਲੀ ਜੀ? ਇਹ ਵੀ ਦੁੱਧ ਵੀਰ ਜੀ 20 ਤੋਂ ਬਾਹਰ ਕੱਢੂਗੀ, 26 ਤੋਂ ਬਾਹਰ ਜਾਊਗੀ, 20 ਤੋਂ ਬਾਹਰ ਜਾਊਗੀ। ਤੇ ਟਾਈਮ ਕਿੰਨਾ ਖੜਦੀ ਹੈ? ਤੇ ਟਾਈਮ ਲੈ ਜੂਗੀ 5-4 ਦਿਨ, ਹਫਤਾ ਲੈ ਜੂਗੀ, ਤੋਰਦੀ ਹੈ ਫਿਰ। ਹਾਂਜੀ ਹਾਂਜੀ, ਖੋਲੋ। ਬਾਕੀ ਖੂਬਸੂਰਤ ਜਿਹੜੀ ਕਾਫੀ ਹੈ, ਬਹੁਤ ਜ਼ਿਆਦਾ ਹੈਗੀ ਹੈ ਵੀ, ਥੋੜੀ ਕ੍ਰੋਸ 'ਚ ਆ, ਫੈਟ ਇਹਦੇ ਵੀ ਚੰਗੀ ਆਈ ਜਾਣੀ, ਬਣਾਵਟ ਬਣਾਉਂਦਾ ਜੀ, ਬਣਨਾ ਬਣਾਉਂਦਾ, ਮੱਛੀਆਂ ਬਹੁਤ ਜ਼ਿਆਦਾ ਅਜੇ ਗਾਹ ਨੂੰ ਹਵਾਨਾ ਇਹਨੇ ਜ਼ਿਆਦਾ ਤਿਆਰ ਕੀਤਾ, ਇੰਨੀ ਹੋਰ ਬਣ ਜਾਣੀ ਮੱਛੀਆਂ ਤੁਸੀਂ, ਠੀਕ ਹੈ ਜੀ। ਠੀਕ ਹੈ ਜੀ, ਆ ਜਾਓ ਵੀਰ ਜੀ, ਲੈ ਆਇਆ ਜੀ। ਬਾਕੀ ਰੰਗ ਰੂਪ ਦੀ ਬੜੀ ਸਫਾਈ 'ਚ ਆ, ਸੋਹਣ ਪੁਣੇ 'ਚ ਜਿਹੜੀ ਚੰਗੀ ਆ। ਅਤੇ ਦੁੱਧ ਵੀ ਇਹਨੇ 20 ਤੋਂ ਬਾਹਰ ਜਿਹੜਾ ਵੀ ਜਿਹਨੇ ਕਹਿੰਦੇ ਕਿ ਭਰੀ ਜਾਣਾ, ਅਤੇ ਗੁਲਾਬੀ ਰੰਗ ਦਾ ਹੀ ਇਹਦਾ ਹਵਾਨਾ ਹੈ, ਸੋਹਣਾ ਲੱਗਦਾ, ਬਹੁਤ ਸਾਫ਼ ਸੁਥਰੀ, ਬਹੁਤ ਹੀ ਜ਼ਿਆਦਾ ਸਾਫ਼ ਸੁਥਰੀ ਆ, ਠੀਕ ਹੈ ਜੀ। ਮੱਛੀ ਬਹੁਤ ਹੀ ਜ਼ਿਆਦਾ, ਠੀਕ ਹੈ, ਜਿੰਨੀ ਕੁ ਬਣ ਗਈ ਇੰਨੀ ਕੁ ਹੋਰ ਬਣ ਜਾਣਾ ਇਹਨੇ, ਠੀਕ ਹੈ। ਹਾਂਜੀ, ਤੇ ਇਹਦਾ ਮੁੱਲ? ਮੁੱਲ ਵੀਰ ਜੀ ਇਹਦਾ ਵੀ ਜਾਇਜ਼ ਹੈ। ਕਿੰਨਾ ਮੁੱਲ ਮੱਛੀ ਦਾ ਵੀਰ ਜੀ? 50,000। 50,000? ਹਾਂਜੀ, 5,000 ਛੱਡ ਦਾਂਗੇ, 45,000 ਦੀ ਮੱਛੀ ਹਾਂ ਨਾ ਦੇ ਦੇ। ਅੱਛਾ, 50 ਚੋਂ ਵੀ 5 ਛੱਡ ਦੋਗੇ? 5 ਛੱਡ ਦਾਂਗੇ, 45,000 ਦੀ ਮੱਛੀ ਹਾਂ ਨਾ ਕਰ ਦੇ, ਵਿੱਚ ਛੋਟ ਛੱਡ ਮੌਕੇ ਤੇ ਛੱਪਾ ਕਰ ਦਾਂਗੇ ਜ਼ਰੂਰ, ਠੀਕ ਹੈ। ਹਾਂਜੀ, ਹੁਣ ਇੱਕ ਹੋਰ, ਇਹ ਵੀ ਕਾਫੀ ਖੂਬਸੂਰਤ ਆ, ਥਣ ਦੇਖ ਸਕਦੇ ਇਹਦਾ, ਕਾਫੀ ਪਿਆਰਾ ਵਾ, ਮਿਲਕਮੇਨ ਵੀ ਚੰਗੀ ਲੱਗੀ ਇਹਦੀ ਵੀ, ਹੈਗੀ ਇਹ ਵੀ ਠੰਡੀ ਧੀਰੀ ਆ। ਅਤੇ ਇਹ ਕਿੰਨਾ ਕੁ ਲੈ ਜੂ ਟਾਈਮ ਵਿੱਚ ਜੀ? ਇਹ ਵੀਰ ਜੀ ਦੇਣ ਲੈ ਜੂਗੀ ਇਹ 15-18। ਅੱਛਾ, 15-18 ਦਿਨ ਖੜੂਗੀ, ਠੀਕ ਹੈ। ਅਤੇ ਵੱਡੇ ਦੁੱਧ ਹੀ ਮਾਲਕ ਹੈ, ਵੱਛੀ ਦੁੱਧ ਵੱਛੀ ਨੇ 27-28 ਲੀਟਰ ਭਰਿਆ ਆਰਾਮ ਨਾਲ। ਅੱਛਾ, ਹਾਂਜੀ, ਪਹਿਲੇ ਸੂਹੇ ਵੱਛੀ ਨੇ ਭਰਿਆ। ਅਤੇ ਐਰਕੇ ਕਿੰਨਾ ਕੁ ਚਵਾਜੂਗੀ? ਅਤੇ ਫੇਸ ਵਾਸ਼ ਦਿਖਾ ਦਿੰਦੇ ਹਾਂ, ਐਰਕੇ ਦੁੱਧ ਕਿੰਨਾ ਚਵਾਜੂ? ਐਰਕਾ ਵੱਛੀ ਜਿਹੜੇ ਹਿਸਾਬ ਨਾਲ, ਅਤੇ ਚਲੋ 27-28 ਲੀਟਰ ਭਰ ਜੇ ਬੜਾ ਵਾ, ਠੀਕ ਹੈ ਜੀ। ਹਾਂਜੀ, ਲਿਆਓ ਫਿਰ, 30 ਲੀਟਰ ਦੀ ਹੈ। ਅੱਛਾ, ਜਿੱਦਾਂ ਕੱਦ ਕਾਠ ਹੈ ਵੱਛੀ ਦਾ ਜਿੰਨੀ, ਬਾਕੀ ਰੰਗ ਰੂਪ ਬੋਡੀ ਸਟੈਟ ਤੇ ਇਹਦਾ ਵੀ ਸੋਹਣਾ, ਬਹੁਤ ਸੋਹਣੀ ਹੈ। ਲਿਆ ਖੋਲੋ ਭੱਗੀ ਸ਼ਾਹ ਜੀ, ਤੋਰੀਏ ਫਿਰ ਇਹਨਾਂ ਵੀ ਆਪਾਂ। ਬਾਕੀ ਅਜੇ ਤਿਆਰ ਹੋਣਾ ਵਾ ਇਹਨੇ ਥੱਲੇ, ਹਜੇ ਚੰਗੀ ਤਿਆਰ, ਕੰਪੈਕਟ ਜੇ ਹਵਾਨਾ ਜਿਹੜਾ ਇਹਨੇ ਤਿਆਰ ਕਰਨਾ, ਉਸ ਤਰ੍ਹਾਂ ਜਿਹੜੀ ਕੱਦ ਕਾਸ਼ਤੀ ਚੰਗੀ। ਅੱਜ ਲਿਆ ਵੀਰ ਜੀ, ਲੈ ਜੀ, ਅੱਜ ਇਹ ਆ ਕਿ ਦੁੱਧ ਵਾਲੀਆਂ ਚਲੋ ਹੈਗੀਆਂ ਸੋਹਣ ਪੁਣੇ 'ਚ ਵੀ, ਜਿਹੜੀਆਂ ਸੋਹਣੀ ਕਿੱਲੇ ਤੇ ਬੱਜਾ ਪਸ਼ੂ ਵੀ ਸੋਹਣਾ ਲੱਗਦਾ ਹੈ। ਹਜੇ ਹਰ ਇੱਕ ਨੇ ਖਰਚਣਾ ਹੁੰਦਾ, ਹਾਂਜੀ ਹਾਂਜੀ, ਡੰਗਰ ਬੱਜਾ ਵੀ ਸੋਹਣਾ ਲੱਗਦਾ ਵਾ। ਤੇ ਇਹਦਾ ਮੁੱਲ? ਤੇ ਮੁੱਲ ਵੀਰ ਜੀ ਦਾ ਬਿਲਕੁਲ ਜਾਇਜ਼ ਹੀ ਆ,
ਜਰਸੀ ਹਰ ਇਹਦੀ ਕੋਈ ਨਾ ਕੋਈ ਲੱਭ ਹੀ ਲਿਆਉਂਦੇ ਠੀਕ ਹੈ ਇਹ ਕਿੰਨੇ ਕੁ ਦੁੱਧ ਵਾਲੀ ਜੀ ਇਹ ਵੀਰ ਜੀ ਮੱਛੀ ਦੁੱਧ 14-15 ਕਿਲੋ ਚ ਆ ਜੂਗੀ ਠੀਕ ਹੈ ਜੀ 14-15 ਤਿਆਰ ਹੋਣੀ ਹੈ ਵੀ ਚੰਗੀ ਲਿਆ ਵੀਰ ਜੀ ਪੰਜਾਬ ਵਾਲੀ ਜਰਸੀ ਆ ਚੰਗੇ ਬੋਡੀ ਵੇਟ ਵਾਲੀ ਆ ਬਾਕੀ ਆ ਤਿਲਕਣ ਤੁਲਕਣ ਜੀ ਬੜੀ ਆ ਮੇਨ ਜਿਹੜਾ ਉਹਦੇ ਨਾਲ ਥੋੜ੍ਹੀ ਤਿਲਕਣ ਜੀ ਹੋ ਗਈ ਆ ਤੇ ਇਹਦਾ ਕੀ ਮੁੱਲ ਰੱਖਣਾ ਵੀਰ ਜੀ ਫਿਰ ਵੀਰ ਜੀ ਇਹਦਾ ਵੀ ਜਾਇਜ਼ ਆ ਬਾਕੀ ਮੱਛੀ ਨਾ ਬਣੋ ਬਣੋ ਬਹੁਤ ਜ਼ਿਆਦਾ ਠੀਕ ਆ ਬਾਕੀ ਜਰਸੀ ਆ ਸਿਆਣੇ ਬਣਨਾ ਹੀ ਹੈ ਹਾਂਜੀ ਹਾਂਜੀ ਜਰਸੀ ਦੀ ਹੁਣ ਦੇਣਾ ਆਉਣੀ ਸ਼ੁਰੂ ਹੋ ਗਈ ਨਾ ਅੱਗੇ ਅੱਗੇ ਗਰਮੀ ਆਈ ਹਾਂਜੀ ਹਾਂਜੀ ਜਰਸੀ ਜਰਸੀ ਲੱਭਣੀ ਲੋਕਾਂ ਨੇ ਹਾਂਜੀ ਹਾਂਜੀ ਜਰਸੀ ਲੱਭਦੀ ਇੱਕ ਅੱਧੀ ਆ ਚਲੋ ਇੱਕ ਅੱਧੀ ਪਾ ਲਈਦੀ ਆ ਹਰ ਵਾਰੀ ਠੀਕ ਆ ਹਾਂਜੀ ਉਧਰ ਹੀ ਮੱਛੀਆਂ ਦੋ ਪਾਈਆਂ ਸੀ ਜਰਸੀਆਂ ਠੀਕ ਆ ਅੱਜ ਵੀ ਭਾਰਤੀ ਇੱਕ ਲੱਭ ਗਈ ਤੇ ਕਿੰਨੇ ਦੀ ਦੇ ਦੇਣ ਇਹ ਵੀਰ ਜੀ ਮੁੱਲ ਜਿੰਨਾ ਮਰਜ਼ੀ ਕਰਦੀ ਇਹਦਾ ਮੱਛੀ ਦਾ ਹਾਂਜੀ ਇਹ ਹਾਂ ਨਾ 36,000 ਦੀ ਦੇ ਦੇਣਗੇ 36,000 ਦੀ ਹਾਂਜੀ ਚਲੋ ਛੋਟ ਵਿੱਚੋਂ 1,000 ਰੁਪਏ ਛੋਟ 35,000 ਦੀ ਵਸ਼ੀ ਦੇ ਦਾਂਗੇ ਅੱਛਾ ਹਾਂਜੀ ਠੀਕ ਹੈ ਜੀ 35,000 ਦੀ ਦੇਣਗੇ ਵਸ਼ੀ ਦੇਖ ਲਓ ਫੁੱਲ ਬ੍ਰੀਡ ਦੇ ਵਿੱਚ ਆ ਠੀਕ ਹੈ ਦੁੱਧ ਵਸ਼ੀ 16-15 ਕਿਲੋ ਰਹਿਣਾ ਠੰਡਾ ਭਰ ਜੂਗੀ ਠੀਕ ਹੈ ਜੀ ਭਾਂਡੇ ਸੋਹਣੇ ਆ ਸਾਰੀ ਸਾਫ ਸੁਥਰੀ ਆ ਠੀਕ ਹੈ ਜੀ ਹਾਂਜੀ ਤੇ ਠੀਕ ਹੈ ਵੀਰ ਜੀ ਹੋਰ ਕੁਝ ਕਹਿਣਾ ਫਿਰ ਬਾਕੀ ਵੀਰ ਜੀ ਇੱਥੇ ਆਓ ਜਿਹੜੀ ਸੂਈ ਸਵਾਈ ਆ ਉਹ ਤਸੱਲੀ ਕਰਕੇ ਲੈ ਕੇ ਜਾਓ ਚੋਚ ਵਾ ਕੇ ਆਪਣੀ ਹਾਂਜੀ ਤੇ ਗੱਭਣਾ ਵਾ ਟਿੱਪ ਕੇ ਪਾਸ ਕਰਕੇ ਲੈ ਕੇ ਜਾਓ ਹਾਂਜੀ ਇੱਥੇ ਆ ਇੱਥੇ ਆਣ ਕੇ ਆਪਣੀ ਤਸੱਲੀ ਕਰ ਲਓ ਤੁਹਾਡੇ ਘਰੇ ਤਸੱਲੀ ਕਰਕੇ ਤਿੰਨ ਡੰਗ ਤਸੱਲੀ ਕਰ ਲਓ ਆਣ ਕੇ ਸਾਈ ਬਿਆਨਾ ਪਾ ਕੇ ਤੇ ਇੱਥੋਂ ਡੰਗਰ ਮਾਲ ਗੱਡੀ ਤੇ ਚੜ ਜਾਂਦਾ ਫਿਰ ਮਾਰਾ ਸਾਵਲੀਆਂ ਫਿਰ ਤੁਹਾਡੀ ਕੋਈ ਗਰੰਟੀ ਨਹੀਂ ਹਵਾ ਭਰੀਆਂ ਖੱਲਾਂ ਨੇ ਤੇ ਬਾਕੀ ਉਹ ਤੁਹਾਡੀ ਜਵਾਬਦਾਰੀ ਠੀਕ ਹੈ ਘਰ ਤੱਕ ਪਹੁੰਚਾਉਣ ਦਾ ਇੱਥੇ ਭਾਵੇਂ 2 ਦਿਨ ਤਸੱਲੀ ਕਰ ਲਓ ਭਾਵੇਂ 3 ਦਿਨ ਮੈਂ ਕਹਿੰਦਾ ਜਿੰਨਾ ਟਾਈਮ ਚ ਮਰਜ਼ੀ ਤਸੱਲੀ ਜੇ ਨਹੀਂ ਪਸੰਦ ਤੇ ਰਹਿਣ ਦੋ ਇੱਥੇ ਨਹੀਂ ਪਸੰਦ ਤੇ ਕੋਈ ਨਹੀਂ ਹੋਰ ਕੋਈ ਭੈਣ ਭਰਾ ਦੇ ਆਜੂਗਾ ਠੀਕ ਹੈ ਜੀ ਤੇ ਬਾਕੀ ਮਾਲ ਸਾਫ ਸੁਥਰਾ ਵਾ ਸਾਰਾ ਹੀ ਠੀਕ ਹੈ ਜੀ ਇਹ ਸਾਰੇ ਸਾਫ ਸੁਥਰਾ ਵਾ ਠੀਕ ਹੈ ਜੀ ਇੱਥੇ ਆਓ ਇੱਥੇ ਆਪਣੀ ਤਸੱਲੀ ਕਰਕੇ ਲੈ ਕੇ ਜਾਓ ਠੀਕ ਹੈ ਜੀ ਤੇ ਬਾਕੀ ਵੀਰ ਜੀ ਬਹੁਤ ਬਹੁਤ ਧੰਨਵਾਦ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਕੋਈ ਵੀਰ ਇੱਥੇ ਆ ਕੇ ਆਪਣੀ ਪਸੰਦ ਕਰਕੇ ਵੇਚ ਚਾਹ ਕੇ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ